ਸਤਿ ਸ਼੍ਰੀ ਅਕਾਲ ਜਗਬਾਣੀ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਰਮਨਦੀਪ ਸਿੰਘ ਸੋਢੀ। ਅੱਜ ਸਾਡੇ ਨਾਲ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਮੌਜੂਦ ਨੇ, ਜਿਹੜੇ ਕਿ ਇੱਕ ਉੱਘੇ ਸਮਾਜ ਸੇਵੀ ਨੇ, ਕਾਰੋਬਾਰੀ ਨੇ, ਅਤੇ 2 ਸਾਲ ਪਹਿਲਾਂ ਅੱਜ ਦੇ ਦਿਨ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦਾ ਮੈਂਬਰ ਬਣਾਇਆ ਜਾਂਦਾ। ਇਹਨਾਂ 2 ਸਾਲਾਂ ਦੇ ਕਾਰਜਕਾਲ ਨੂੰ ਸੰਜੀਵ ਅਰੋੜਾ ਕਿਸ ਤਰ੍ਹਾਂ ਵੇਖਦੇ ਨੇ, ਕਿਹੜੇ ਕਿਹੜੇ ਉਹ ਕੰਮ ਨੇ ਜਿਹੜੇ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਦੇ ਲਈ ਕਰਵਾਉਣ ਦੇ ਵਿੱਚ ਕਾਮਯਾਬ ਹੋਏ ਨੇ। ਸੰਜੀਵ ਅਰੋੜਾ ਇਸ ਵਕਤ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਉਹ ਇਸ ਸਿਆਸੀ ਸਫ਼ਰ ਨੂੰ ਕਿਸ ਤਰ੍ਹਾਂ ਵੇਖਦੇ ਨੇ, ਕਿਹੜੀਆਂ ਉਹ ਪ੍ਰਾਪਤੀਆਂ ਨੇ ਜਿਨ੍ਹਾਂ 'ਤੇ ਉਹ ਮਾਣ ਮਹਿਸੂਸ ਕਰਦੇ ਨੇ। ਅਰੋੜਾ ਸਾਹਿਬ, ਜਗਬਾਣੀ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ। ਹਾਂਜੀ, ਸਤਿ ਸ਼੍ਰੀ ਅਕਾਲ ਸੋਢੀ ਸਾਹਿਬ, ਅਤੇ ਸਤਿ ਸ਼੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਮੇਰਾ। ਔਰ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਮੈਨੂੰ 2 ਸਾਲ ਮੇਰੇ ਪੂਰੇ ਹੋਣ 'ਤੇ ਮੈਨੂੰ ਲਿੱਤਾ ਅਤੇ ਮੈਨੂੰ ਯਾਦ ਕੀਤਾ। ਵਧਾਈ ਦੇ ਨਾਲ ਨਾਲ ਤੁਹਾਡੇ ਤੁਸੀਂ ਸਵਾਲ ਪੁੱਛਣਾ ਚਾਹਾਂਗੇ ਅਰੋੜਾ ਸਾਹਿਬ, ਕਿ 2 ਸਾਲਾਂ ਦਾ ਸਫ਼ਰ ਸਿਆਸਤ ਤੁਹਾਡੇ ਲਈ ਬਿਲਕੁਲ ਨਵੀਂ ਸੀ ਅਤੇ ਅਚਨਚੇ ਸੀ, ਕਿਵੇਂ ਲੰਘੇ 2 ਸਾਲ? ਦੇਖੋ ਜੀ, 2 ਸਾਲ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਇਹ 2 ਸਾਲ ਅਚੀਵਮੈਂਟਸ ਦੇ ਵੀ ਸੀ ਅਤੇ ਡਿਸਅਪੁਆਇੰਟਮੈਂਟਸ ਦੇ ਵੀ ਸੀ। ਅਚੀਵਮੈਂਟਸ ਦੇ ਇਸ ਕਰਕੇ ਸੀ ਕਿ ਜੋ ਮੈਂ ਸੋਚਿਆ ਸੀ ਮੈਂ ਉਹਦੇ ਨਾਲੋਂ ਵੱਧ ਕਰ ਸਕਿਆ ਲੁਧਿਆਣੇ ਲਈ, ਪੰਜਾਬ ਲਈ, ਔਰ ਕੁਛ ਇਸ਼ੂ ਇਹੋ ਜਿਹੇ ਮੈਂ ਚੁੱਕੇ ਜਿਹੜੇ ਕੰਟਰੀ ਵਾਈਡ ਲੋਕਾਂ ਨੂੰ ਫਾਇਦਾ ਹੋ ਸਕਦਾ ਪਾਰਲੀਮੈਂਟ 'ਚ। ਬਟ ਅਚੀਵਮੈਂਟਸ ਮੇਰੀਆਂ ਇਹ, ਡਿਸਅਪੁਆਇੰਟਮੈਂਟ ਮੇਰੀ ਇਹ ਰਹੀ ਕਿ ਪਾਰਲੀਮੈਂਟ ਜੋ ਮੈਂ ਸੋਚਿਆ ਸੀਗਾ ਵੀ ਪੂਰਾ ਲੱਗੇਗਾ, ਅਡਜਰਨ ਬੜਾ ਹੁੰਦਾ ਰਿਹਾ, ਡਿਸਟਰਬੈਂਸਿਸ ਬੜੀਆਂ ਸੀ, ਕਈ ਮੁੱਦੇ ਰਹਿ ਗਏ ਜਿਹੜੇ ਨਹੀਂ ਚੁੱਕੇ ਗਏ, ਜਾਂ ਜਿਸ ਤਰ੍ਹਾਂ ਮੇਰਾ 0 ਆਰ 'ਚ ਇਸ਼ੂ ਲੱਗਿਆ ਹੋਇਆ, ਅਡਜਰਨ ਹੋ ਗਿਆ, ਅਤੇ ਇਹ ਡਿਸਅਪੁਆਇੰਟਮੈਂਟਸ ਰਹੀਆਂ। ਕਿ ਮੈਂ ਸਾਰਿਆਂ ਨੂੰ ਮੇਰੀ ਇਹੀ ਗੁਜ਼ਾਰਿਸ਼ ਹੈ ਸਾਰੇ ਪਾਰਟੀ ਲੀਡਰਾਂ ਨੂੰ ਜਿਹੜੇ ਪਾਰਲੀਮੈਂਟ 'ਚ ਹੈ, ਕਿ ਪਾਰਲੀਮੈਂਟ ਵੱਧ ਤੋਂ ਵੱਧ ਚੱਲਣੀ ਚਾਹੀਦੀ, ਜਿੰਨੀ ਚਲਾਉਂਦੇ ਆ ਪੂਰੀ ਚੱਲੇ, ਅਡਜਰਨ ਨਾ ਹੋਵੇ ਔਰ ਡਿਸਟਰਬੈਂਸਿਸ ਨਹੀਂ ਹੋਣੀਆਂ ਚਾਹੀਦੀਆਂ। ਅਰੋੜਾ ਸਾਹਿਬ, ਬਹੁਤ ਸਾਰੀਆਂ ਹਾਈਪੋਥੈਟੀਕਲ ਜਿਹੜੀਆਂ ਸਾਡੇ ਜ਼ਿਹਨ ਦੇ ਅੰਦਰ, ਦਿਮਾਗ ਦੇ ਅੰਦਰ ਗੱਲਾਂ ਬੈਠੀਆਂ ਹੁੰਦੀਆਂ ਨੇ ਸਿਆਸਤ 'ਚ ਆਉਣ ਤੋਂ ਪਹਿਲਾਂ, ਸੰਸਦ 'ਚ ਜਾਣ ਤੋਂ ਪਹਿਲਾਂ, ਕਿ ਬੰਦੇ ਨੂੰ ਲੱਗਦਾ ਕਿ ਜੇ ਮੇਰੇ ਹੱਥ 'ਚ ਪਾਵਰ ਆ ਜਾਵੇ ਤਾਂ ਮੈਂ ਪਤਾ ਨਹੀਂ ਕੀ ਕਰ ਦੂੰਗਾ। ਤੁਹਾਨੂੰ ਕਿੰਨਾ ਕੁ ਬਦਲਾਅ ਲੱਗਿਆ ਉਸ ਦਿਮਾਗੀ ਚਰਚਾ ਤੋਂ ਹਕੀਕੀ ਵੱਲ ਨੂੰ ਜਦੋਂ ਗਏ ਹੋ, ਤਾਂ ਕਿੰਨਾ ਕੁ ਫਰਕ ਲੱਗਿਆ? ਦੇਖੋ, ਤੁਹਾਡੀ ਗੱਲ ਠੀਕ ਹੈ, ਕਈ ਵਾਰੀ ਬੰਦਾ ਸੋਚਦਾ ਕਰਦਾ, ਬਟ ਮੈਂ ਮੈਂਟਲੀ ਪ੍ਰਪੇਅਰ ਨਹੀਂ ਸੀ। ਮੈਨੂੰ ਇਹ ਆਲ ਆਫ ਏ ਸਡਨ ਮੇਰੇ ਲਈ ਆਇਆ। ਇਟ ਵਾ ਜਿੱਦਾਂ ਲੋਕਾਂ ਲਈ ਸਰਪ੍ਰਾਈਜ਼ ਸੀ ਕਿ ਮੈਂ ਕਿੱਦਾਂ MP ਬਣ ਗਿਆ, ਮੇਰੇ ਲਈ ਵੀ ਸਰਪ੍ਰਾਈਜ਼ ਸੀ। ਜੇ ਕੇਜਰੀਵਾਲ ਜੀ ਦੇ ਅਤੇ ਭਗਵੰਤ ਮਾਨ ਜੀ ਨੇ ਮੇਰੇ 'ਤੇ ਹੌਸਲਾ ਰੱਖਿਆ, ਉਹਨਾਂ ਨੇ ਮੇਰੇ 'ਤੇ ਭਰੋਸਾ ਜਤਾਇਆ ਅਤੇ ਮੈਨੂੰ ਬਣਾਤਾ। ਬਟ ਮੇਰਾ ਕੋਈ ਇਹ ਨਹੀਂ ਸੀ ਕਿ ਇਹ ਨਹੀਂ ਸੀ ਦਿਮਾਗ 'ਚ ਕੁਛ ਚੱਲ ਰਿਹਾ ਸੀ। ਬਟ ਜਦੋਂ ਇਹ ਜ਼ਿੰਮੇਵਾਰੀ ਮਿਲ ਗਈ, ਫਿਰ ਮੇਰਾ ਸੋਚਿਆ ਕਿ ਮੇਰੀ ਹੁਣ ਡਿਊਟੀ ਬਣਦੀ ਹੈ ਕਿ ਮੈਂ ਜਿੰਨਾ ਵੱਧ ਤੋਂ ਵੱਧ ਲੋਕਾਂ ਲਈ ਕਰ ਸਕਾਂ, ਆਪਣੇ ਸ਼ਹਿਰ ਲਈ, ਆਪਣੇ ਸੂਬੇ ਲਈ, ਆਪਣੇ ਮੁਲਕ ਲਈ ਕਰ ਸਕਾਂ, ਮੈਂ ਕੋਸ਼ਿਸ਼ ਕਰ ਰਿਹਾ ਕਰਨ ਦੀ। ਜੀ, ਤੁਸੀਂ ਹੁਣ ਤੱਕ 128 ਸਵਾਲ ਮੇਰੇ ਖਿਆਲ ਕਿ ਜਿਹੜੇ ਸੰਸਦ ਦੇ ਵਿੱਚ ਪੁੱਛੇ ਨੇ, 128 ਸਵਾਲ ਕਿਸ ਸੰਦਰਭ ਵਿੱਚ ਹੈਗੇ ਸੀਗੇ, ਕਿਹੜੀਆਂ ਗੱਲਾਂ ਤੁਹਾਨੂੰ ਲੱਗਦੀਆਂ ਕਿ ਆਹ ਮੇਰੀਆਂ ਮੰਗਾਂ ਨੂੰ ਬੂਰ ਪੈ ਗਿਆ ਅਤੇ ਤੁਸੀਂ ਸੈਟਿਸਫਾਈਡ ਮਹਿਸੂਸ ਕਰਦੇ ਹੋ? ਦੇਖੋ, ਗੱਲ ਸੁਣੋ, ਪੁੱਛੇ ਦਾ ਮੈਂ ਸਵਾਲ ਹੀ ਆਦਾ ਸੀ, 128 ਸਵਾਲ ਮੇਰੇ ਆਨਸਰ ਹੋਏ ਜੀ, ਜਿਨ੍ਹਾਂ ਦੇ ਮੈਨੂੰ ਜਵਾਬ ਮਿਲੇ, ਚਾਹੇ ਮਿਨਿਸਟਰ ਸਾਹਿਬ ਨੇ ਆਪ ਆ ਕੇ ਦਿੱਤੇ ਕਈਆਂ ਦੇ, ਜਾਂ ਕਈਆਂ ਦੇ ਰਿਟਰਨ ਮਿਲੇ। ਸਟਾਰਟ ਅਤੇ ਅਨਸਟਾਰਟ ਹੁੰਦੇ, ਸਟਾਰਟ ਵਿੱਚ ਉਹ ਆਪ ਆ ਕੇ ਜਵਾਬ ਦਿੰਦੇ, ਅਨਸਟਾਰਟ ਵਿੱਚ ਸਾਨੂੰ ਰਿਟਰਨ ਰਿਪਲਾਈ ਆਉਂਦਾ ਜੀ। ਹੁਣ ਜਿਹੜੇ ਸਵਾਲ ਮੈਂ ਜ਼ਿਆਦਾ ਮੁੱਦੇ ਜਿਹੜੇ ਚੁੱਕਦਾ, ਇੱਕ ਤਾਂ ਮੈਂ ਹੈਲਥ ਦੇ ਉੱਤੇ ਹੈਗੇ ਆ, ਇੱਕ ਸਿਵਲ ਏਵੀਏਸ਼ਨ 'ਤੇ, ਰੋਡਵੇਜ਼ 'ਤੇ, ਫਾਰਮਰਸ 'ਤੇ, ਫਾਰਮਰਸ ਦੀ ਇਨਕਮ 'ਤੇ, ਹੋਰ ਕਈ ਮੁੱਦੇ ਹੈਗੇ, ਹੁਣ ਮੈਨੂੰ ਸਾਰੇ ਤਾਂ ਨਹੀਂ ਯਾਦ, ਬਟ
ਕਈ ਤਰੀਕੇ ਦੇ ਡਿਫਰੈਂਟ ਮੁੱਦੇ ਆ, ਬਟ ਸਾਰੇ ਲੋਕਾਂ ਦੇ ਨਾਲ ਰਿਲੇਟਡ ਜਿਹਦੇ ਵਿੱਚ ਓਵਰਆਲ ਸੂਬੇ ਨੂੰ ਤੇ ਮੁਲਕ ਨੂੰ ਫਾਇਦਾ ਹੁੰਦਾ ਉਹ ਪੁੱਛੇ ਮੈਂ। ਕਿਹੜੀਆਂ ਤੁਸੀਂ ਪ੍ਰਾਪਤੀਆਂ ਮੰਨਦੇ ਹੋ ਰੋੜਾ ਸਾਹਿਬ, ਤੁਹਾਨੂੰ ਲੱਗਦਾ ਹੋਵੇ ਕਿ ਡਿਵੈਲਪਮੈਂਟ ਦੇ ਪੱਖ ਤੋਂ ਆਪਦੇ ਸ਼ਹਿਰ ਦੇ ਵਿੱਚ ਖਾਸ ਤੌਰ 'ਤੇ ਪਾਰਟੀਕੁਲਰ ਲੁਧਿਆਣਾ 'ਚ ਤੁਸੀਂ ਮਹਿਸੂਸ ਕਰੋ ਕਿ ਮੇਰੇ ਰਾਜ ਸਭਾ ਮੈਂਬਰ ਬਣਨ ਦਾ ਆਹ ਫਾਇਦਾ ਹੋ ਗਿਆ ਲੁਧਿਆਣਾ ਨੂੰ? ਦੇਖੋ ਮੈਂ ਤਾਂ ਆਪਣਾ ਕੰਮ ਕਰਦਾ ਰਹਿੰਦਾ, ਪਰ ਮੈਨੂੰ ਲੋਕੀ ਆ ਕੇ ਦੱਸਦੇ ਆ ਜੀ ਤੁਸੀਂ ਜਿਹੜਾ ਇਹ ਕੰਮ ਕਰ ਰਹੇ ਹੋ ਬੜਾ ਚੰਗਾ ਕਰ ਰਹੇ ਹੋ, ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਸਾਰੇ ਲੋਕੀ ਕਹਿੰਦੇ। ਬਟ ਮੈਂ ਮੇਨ ਮੁੱਦੇ ਤੁਹਾਨੂੰ ਦੱਸਦਾ, ਇੱਕ ਤਾਂ ਨੈਸ਼ਨਲ ਹਾਈਵੇ ਅਥਾਰਟੀ, ਮੈਂ ਗਡਕਰੀ ਸਾਹਿਬ ਨੂੰ 2-3 ਵਾਰੀ ਮਿਲਿਆ, ਮੈਂ ਚੇਅਰਮੈਨ NHAI ਨੂੰ ਮਿਲਿਆ 3-4 ਵਾਰੀ, ਔਰ ਜਿੰਨੇ ਪ੍ਰੋਜੈਕਟ ਰੁਕੇ ਹੋਏ ਸੀ ਜਿੱਦਾਂ ਐਲੀਵੇਟਿਡ ਰੋਡ ਫਿਰੋਜ਼ਪੁਰ ਰੋਡ ਤੋਂ ਲੈ ਕੇ ਜਗਰਾਓਂ ਪੁਲ ਤੱਕ ਅਤੇ ਭਾਰਤ ਨਗਰ ਚੌਂਕ ਤੋਂ ਲੈ ਕੇ ISB ਡਰਦਾ, ਬਹੁਤ ਸਲੋ ਸਪੀਡ 'ਤੇ ਚੱਲ ਰਹੀ ਸੀ। ਮੈਂ ਕਹਿ ਕਹਿ ਕੇ ਉੱਥੇ ਪ੍ਰੋਜੈਕਟ ਡਾਇਰੈਕਟਰ ਨਾਲ ਆਲਮੋਸਟ ਹਫ਼ਤੇ 'ਚ 2 ਵਾਰੀ ਕਰਕੇ, DC ਮੈਡਮ ਨਾਲ, ਪਹਿਲੇ DC ਮੈਡਮ ਸੀ ਸੁਰਬੀ ਜੀ ਉਹਨਾਂ ਨਾਲ, ਹੁਣ ਸਾਕਸ਼ੀ ਹੋਰਾਂ ਨਾਲ ਜੁਆਇੰਟ ਮੀਟਿੰਗ ਕਰਕੇ, ਮੇਰਾ ਇਹ ਹੁੰਦਾ ਸੀਗਾ ਵੀ ਜਲਦੀ ਤੋਂ ਜਲਦੀ ਹੋ ਜਾਵੇ। ਅਤੇ ਮੈਂ ਤੁਹਾਨੂੰ ਫਖਰ ਸਮਝਦਾ ਦੱਸਣ 'ਚ ਵੀ ਇਹ ਸਾਰੀ ਦੀ ਸਾਰੀ ਐਲੀਵੇਟਿਡ ਰੋਡ ਹੁਣ ਬਣ ਚੁੱਕੀ ਹੈ, ਕੋਈ ਮੇਰੇ ਖਿਆਲ ਇਹ ਟੋਟਲ 14 ਕਿਲੋਮੀਟਰ ਬਣਦੀ ਹੈ, ਔਰ ਉਹਦੇ ਨਾਲ ਲੁਧਿਆਣੇ ਵਾਸੀਆਂ ਨੂੰ ਟ੍ਰੈਫਿਕ ਦੀ ਇੰਨੀ ਕਨਵੀਨੀਅੰਸ ਮਿਲੀ ਹੈ ਕਿ ਉਹ ਕਿਸੇ ਨੂੰ 15 ਮਿੰਟ, ਕਿਸੇ ਨੂੰ ਅੱਧਾ ਘੰਟਾ, ਕਿਸੇ ਨੂੰ 1.5 ਘੰਟਾ ਆਪਣੇ ਆਫਿਸ ਜਾਣ 'ਚ ਬਚਣ ਲੱਗ ਪਿਆ, ਔਰ ਹਰ ਬੰਦਾ ਉਹਦਾ ਤਾਰੀਫ ਕਰਦਾ, ਔਰ ਮਤਲਬ ਕਿ ਸ਼ਹਿਰ ਦੀ ਸ਼ਕਲ ਹੀ ਨਵੀਂ ਹੋ ਗਈ ਉਹਦੇ ਨਾਲ। ਉਸ ਤੋਂ ਇਲਾਵਾ ਜਿਹੜਾ ਨੈਸ਼ਨਲ ਹਾਈਵੇ ਦੇ ਇੱਕ ਸਿੱਧਵਾਂ ਕਨਾਲ 'ਤੇ ਮੈਨੂੰ ਉੱਥੇ ਦੇ ਰੈਜੀਡੈਂਟ ਆਏ, ਕਹਿੰਦੇ ਸਾਨੂੰ 4 ਪੁੱਲ ਚਾਹੀਦੇ ਆ ਇੱਥੇ ਤਾਂ ਕਿ ਇੱਕ ਪਾਸੋਂ ਤੋਂ ਦੂਜੇ ਪਾਸੋਂ ਆਰਾਮ ਨਾਲ ਕ੍ਰੋਸ ਹੋ ਸਕੇ। ਉਹ ਵੀ ਮੈਂ ਚੇਅਰਮੈਨ ਸਾਹਿਬ ਨੂੰ ਮਿਲਿਆ, ਮਿਨਿਸਟਰ ਸਾਹਿਬ ਨੂੰ ਮਿਲਿਆ, ਦੇ ਵਰ ਵੈਰੀ ਨਾਈਸ, ਉਹਨਾਂ ਨੇ ਉਸੇ ਵੇਲੇ ਉਹਦਾ ਸੈਂਕਸ਼ਨ ਕਰਤਾ ਔਰ 4 ਪੁੱਲਾਂ ਦਾ ਕੰਮ ਚਾਲੂ ਹੋ ਗਿਆ। ਬਾਕੀ ਵੀ ਜਿੰਨੇ ਨੈਸ਼ਨਲ ਹਾਈਵੇ ਦੀ ਸੜਕ ਹੈ, ਜਿੱਦਾਂ ਲੁਧਿਆਣਾ ਰੋਪੜ ਹੈ, ਲੁਧਿਆਣਾ ਬਠਿੰਡਾ ਹੈ, ਔਰ ਦਿੱਲੀ ਕਟਰਾ ਹੈ ਜਿਹੜਾ ਲੁਧਿਆਣੇ 'ਚੋਂ ਨਿਕਲਦਾ, ਮੈਂ ਬਾਕੀ ਜ਼ਿਲ੍ਹਿਆਂ ਦੇ ਵੀ ਡੈਪਟੀ ਕਮਿਸ਼ਨਰਸ ਨੂੰ ਕਹਿ ਕਹਿ ਕੇ ਰਿਕੁਐਸਟ ਕਰਦਾ ਕਿ NHAI ਨੂੰ ਸੜਕ ਲਈ ਜਗ੍ਹਾ ਲੈ ਕੇ ਦਿਓ, ਕਿਉਂਕਿ ਫਾਰਮਰਸ ਕਈ ਵਾਰੀ ਬੜੀ ਪ੍ਰੋਬਲਮ ਕ੍ਰੀਏਟ ਕਰਦੇ ਆ, ਜੋ ਉਹਨਾਂ ਨੇ ਅਕਵਾਇਰ ਕਰਕੇ ਉਹਨੂੰ ਅਨਾਊਂਸ ਕੀਤਾ ਹੁੰਦਾ ਉਹ ਵਾਰਡ ਲੈ ਕੇ ਰਾਜੀ ਨਹੀਂ ਮਿਲਦਾ ਨਹੀਂ, ਬਟ ਫਿਰ ਵੀ ਅੱਗੇ ਨਾਲੋਂ ਕਾਫੀ ਇੰਪਰੂਵਮੈਂਟ ਹੈ ਔਰ ਲੋਕ NHAI ਦੇ ਕੰਮ ਚੱਲ ਰਹੇ ਹੈ। ਦੂਜਾ ਮੈਂ ਰੇਲਵੇ ਮਿਨਿਸਟਰ ਸਾਹਿਬ ਨੂੰ ਮਿਲਿਆ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਲੁਧਿਆਣਾ ਰੈਨੋਵੇਟ ਕਰੋ। ਫਿਰੋਜ਼ਪੁਰ ਡਿਵੀਜ਼ਨ ਪੂਰੇ 'ਚ 1100 ਕਰੋੜ ਰੁਪਏ 'ਚ ਉਹਨਾਂ ਨੇ ਖਰਚਣਾ ਸੀ ਰੈਨੋਵੇਸ਼ਨ, ਅਪਗ੍ਰੇਡੇਸ਼ਨ ਆਫ ਰੇਲਵੇ ਸਟੇਸ਼ਨ ਦਾ। ਹੁਣ ਲੁਧਿਆਣੇ ਦਾ ਹੀ ਬਜਟ 500 ਕਰੋੜ ਸੀ, ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਅਸੀਂ ਜ਼ਿਆਦਾ ਸਟੇਸ਼ਨ ਕਰ ਲਈਏ ਰਾਦਰ ਦੈਨ ਕਿ ਇੱਕ ਸਟੇਸ਼ਨ 'ਤੇ 500 ਕਰੋੜ। ਪਰ ਮੈਂ ਰਿਕੁਐਸਟ ਕੀਤੀ ਕਿ ਤੁਸੀਂ ਪੈਸੰਜਰ ਦੇਖੋ, ਲੁਧਿਆਣੇ 'ਚ ਮੈਕਸੀਮਮ ਪੈਸੰਜਰਸ ਹੈਗੇ ਆ, ਉਹ ਅਖੀਰ ਮੇਰੀ ਰਿਕੁਐਸਟ ਮੰਨ ਗਏ, ਪਹਿਲੇ ਫੇਜ਼ 'ਚ ਹੀ ਲੁਧਿਆਣਾ ਉਹਨਾਂ ਨੇ ਲੈ ਲਿਆ। ਹੁਣ ਲੁਧਿਆਣਾ ਢੰਡਾਰੀ ਕਲਾਂ ਇਹ ਦੋਨੋਂ ਸਟੇਸ਼ਨ ਜਿਹੜੇ ਲੁਧਿਆਣੇ ਜ਼ਿਲ੍ਹੇ 'ਚ ਆਉਂਦੇ ਆ ਉਹ ਅਪਗ੍ਰੇਡ ਹੋ ਰਹੇ, ਇੱਕ ਲੁਧਿਆਣੇ ਦੇ ਬਿਲਕੁਲ ਨਾਲ ਲੱਗਦਾ ਫਲੋਰ ਹੈ ਉਹ ਅਪਗ੍ਰੇਡ ਹੋ ਰਿਹਾ, ਲੁਧਿਆਣੇ 'ਤੇ 500 ਕਰੋੜ ਲੱਗ ਰਹੇ ਆ, ਢੰਡਾਰੀ ਕਲਾਂ 'ਤੇ ਫਲੋਰ 'ਤੇ 17 ਤੇ ਮੇਰੇ ਖਿਆਲ 9 ਕਰੋੜ ਰੁਪਇਆ ਦੇ ਆਸ ਪਾਸ ਲੱਗ ਕੇ ਇਹ ਤਿੰਨੋਂ ਹੀ ਰੇਲਵੇ ਸਟੇਸ਼ਨ ਅਪਗ੍ਰੇਡ ਹੋ ਰਹੇ ਆ, ਔਰ ਕੁਛ ਟ੍ਰੇਨਸ ਇਹਨਾਂ 'ਚ ਸ਼ਿਫਟ ਹੋ ਜਾਣਗੀਆਂ, ਢੰਡਾਰੀ ਕਲਾਂ 'ਚ ਵੀ ਚਲੇ ਜਾਣਗੀਆਂ, ਕੁਛ ਫਲੋਰ ਚਲੇ ਜਾਣਗੀਆਂ, ਤਾਂ ਕਿ ਲੁਧਿਆਣੇ ਰੇਲਵੇ ਸਟੇਸ਼ਨ 'ਤੇ ਟ੍ਰੈਫਿਕ ਘੱਟ ਜਾਏ। ਇਹ ਜਿਹੜਾ ਆਵਾਜਾਈ ਦੀ ਗੱਲ ਕੀਤੀ ਹੈ ਰੋੜਾ ਸਾਹਿਬ, 25 'ਚ ਕੰਪਲੀਟ ਹੋ ਜਾਏਗਾ। ਹਾਂਜੀ, ਤੁਸੀਂ ਆਵਾਜਾਈ ਦੀ ਗੱਲ ਕੀਤੀ ਹੈ ਤਾਂ ਹਾਲ ਹੀ 'ਚ ਇੱਕ ਫਲਾਈਟ ਵੀ ਸ਼ੁਰੂ ਹੋਈ ਹੈ ਜਿਹੜੀ ਲੁਧਿਆਣੇ ਤੋਂ, ਤਾਂ ਐਵੀਏਸ਼ਨ ਦੇ ਜੇਕਰ ਮਾਧਿਅਮ ਤੋਂ ਆਪਾਂ ਗੱਲ ਕਰੀਏ ਤਾਂ
ਉਹਦੇ ਵਿੱਚ ਤੁਹਾਡਾ ਕੀ ਕੰਟਰੀਬਿਊਸ਼ਨ ਰਿਹਾ? ਇਸ ਤਰ੍ਹਾਂ ਜੀ, ਇੱਕ ਤਾਂ ਮੈਂ ਕਹਿ ਕੁਆ ਕੇ ਮੈਂ ਫਿਰ ਧੰਨਵਾਦ ਹਾਂ ਸਿਵਲ ਏਵੀਏਸ਼ਨ ਮਿਨਿਸਟਰ ਦਾ, ਉਹਨਾਂ ਨੇ ਮੇਰੀ ਰਿਕੁਐਸਟ ਮੰਨੀ ਅਤੇ ਇੱਕ ਫਲਾਈਟ ਉਹਨਾਂ ਨੇ, ਵੈਸੇ ਉਹ ਫਲਾਈਟ ਲੁਧਿਆਣੇ ਵਾਲਿਆਂ ਨੂੰ ਇੰਨਾ ਫਾਇਦਾ ਨਹੀਂ, ਬਟ ਫਿਰ ਵੀ ਨੁਕਸਾਨ ਨਹੀਂ, ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਉਹਨਾਂ ਨੇ ਹਿੰਡਨ ਤੋਂ ਲੁਧਿਆਣਾ ਚਲਾਈ, ਉਹ ਪਿੱਛੇ ਸਰਦੀਆਂ 'ਚ ਥੋੜ੍ਹੀ ਜਿਹੀ ਡਿਸਟਰਬ ਰਹੀ ਪਰ ਹੁਣ ਦੁਬਾਰਾ ਚੱਲ ਪਈ ਹੈ। ਅਤੇ ਸਭ ਨਾਲੋਂ ਵੱਡੀ ਗੱਲ ਜਿਹੜੀ ਸਿਵਲ ਏਵੀਏਸ਼ਨ 'ਚ ਆ ਰਹੀ ਹੈ, ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਹੋਨਰੇਬਲ ਚੀਫ ਮਿਨਿਸਟਰ ਸਾਹਿਬ ਦਾ, ਮਾਨ ਸਾਹਿਬ ਦਾ, ਮੈਂ ਉਹਨਾਂ ਨੂੰ ਜਾ ਕੇ ਮਿਲਿਆ, ਮੈਂ ਸਾਰੇ ਸੈਕਟਰੀਆਂ ਨੂੰ ਮਿਲਿਆ, ਉਹਨਾਂ ਨੇ ਪੰਜਾਬ ਦੇ ਬਜਟ 'ਚੋਂ ਹੀ ਉਹਦੇ ਲਈ ਪੈਸੇ ਦੇ ਦਿੱਤੇ। ਹੁਣ ਉਹ ਏਅਰਪੋਰਟ ਆਲਮੋਸਟ ਤਿਆਰ ਹੈ, 60 ਕਰੋੜ ਰੁਪਇਆ ਉਹਨਾਂ ਨੇ ਟਰਮੀਨਲ ਲਈ, ਹੋਰ ਬਾਹਰਲੇ ਕੰਮਾਂ ਲਈ, ਉਹਦੇ ਵਿੱਚ ਗਲਾਡਾ ਅਤੇ ਫਾਈਨੈਂਸ ਡਿਪਾਰਟਮੈਂਟ ਨੇ ਇਕੱਠੇ ਮਿਲ ਕੇ ਲਗਾ ਰਹੇ ਹੈ। ਉਹ ਮੇਰੇ ਖਿਆਲ ਮਹੀਨੇ ਡੇਢ ਵਿੱਚ ਉਹ ਵੀ ਏਅਰਪੋਰਟ ਚਾਲੂ ਹੋ ਜਾਏਗਾ। ਉਹ ਮੈਂ ਹਫ਼ਤੇ 'ਚ 1-2 ਵਾਰੀ ਜ਼ਰੂਰ ਫੋਲੋ ਅਪ ਕਰਦਾ, ਉਹ ਵੀ ਸਾਰੇ ਆਫਿਸਰਸ ਨਾਲ। ਪਿੱਛੇ ਵੀ ਮੈਂ ਜਾ ਕੇ ਆਇਆ ਸੀ, ਥੋੜ੍ਹਾ ਲੇਟ ਚੱਲ ਰਿਹਾ ਇਨੀਸ਼ੀਅਲ ਡੇਟਸ ਨਾਲੋਂ, ਪਰ ਫਿਰ ਵੀ 10-12 ਸਾਲ ਤੋਂ ਇਟ ਵਾਜ਼ ਹੈਂਗਿੰਗ ਫਾਇਰ, ਮਤਲਬ ਕਿ ਕੁਛ ਹੋ ਨਹੀਂ ਰਿਹਾ ਸੀਗਾ ਉੱਥੇ, ਅਤੇ ਇਹ 2 ਸਾਲਾਂ ਵਿੱਚ ਉਹ ਆਲਮੋਸਟ ਹੁਣ ਕੰਪਲੀਸ਼ਨ 'ਤੇ ਹੈ। ਅਰੋੜਾ ਸਾਹਿਬ, ਲੁਧਿਆਣਾ ਨੂੰ ਮੈਡੀਕਲ ਹੱਬ ਮੰਨਿਆ ਜਾਂਦਾ, ਵੱਡੇ ਹੋਸਪਿਟਲ ਉੱਥੇ ਨੇ, ਅਤੇ ਪੰਜਾਬ ਦੇ ਜਿੰਨੇ ਮੇਰੇ ਖਿਆਲ ਬਹੁਤੇ ਸੀਰੀਅਸ ਕੇਸ ਨੇ ਲੁਧਿਆਣਾ ਜਾਂਦੇ ਨੇ। ਸਿਹਤ ਦੇ ਪੱਖ ਤੋਂ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਮੈਂ ਥੋੜ੍ਹਾ ਕੁਝ ਸਟੱਡੀ ਕਰ ਰਿਹਾ ਸੀ, ਪਤਾ ਲੱਗਿਆ ਕਿ ਕੁਝ ਹੋਸਪਿਟਲ ਨੇ ਇਸ ਤਰ੍ਹਾਂ ਦੇ ਜਿੱਥੇ ਕਿ ਤੁਸੀਂ ਕੁਝ ਪ੍ਰਬੰਧ ਕਰਵਾਏ ਨੇ, ਉਹਨਾਂ ਦੇ ਬਾਰੇ ਮੈਂ ਚਾਹੂੰਗਾ ਕਿ ਤਫਸੀਲ ਕਰੋ ਕਿ ਹੈਲਥ ਦੇ ਪੱਖ ਤੋਂ ਆਪਾਂ ਵੇਖੀਏ ਤਾਂ ਤੁਹਾਡਾ ਕੀ ਹੁਣ ਤੱਕ ਰੋਲ ਰਿਹਾ? ਹੈਲਥ ਦਾ ਇਸ ਤਰ੍ਹਾਂ ਜੀ, ਇੱਕ ਤਾਂ ਮੈਂ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕਿਹੜੀ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਜਾਣਾ ਚਾਹੋਗੇ, ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕੀਤੀ, ਮੈਂ ਜਦੋਂ ਦਾ MP ਬਣਿਆ ਮੈਂ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਔਨ ਹੈਲਥ ਐਂਡ ਫੈਮਿਲੀ ਵੈਲਫੇਅਰ 'ਤੇ ਹਾਂ, ਅਤੇ ਹੈਲਥ ਬੜਾ ਕਲੋਜ਼ ਹੈ ਮੇਰੇ ਹਾਰਟ 'ਤੇ, ਕਿਉਂਕਿ ਮੈਂ ਦੋਨੋਂ ਪੇਰੈਂਟਸ ਆਪਣੇ ਲੂਜ਼ ਕੀਤੇ ਬਿਕੋਜ਼ ਆਫ ਬੈਡ ਹੈਲਥ ਅਰਲੀ ਇਨ ਦੀ ਏਜ ਆਈ ਲੋਸਟ ਦੈਮ, ਅਤੇ ਮੈਂ ਉਹਨਾਂ ਦੇ ਨਾਮ 'ਤੇ ਟਰੱਸਟ ਵੀ ਬਣਾਈ ਹੋਈ ਹੈ। ਹੁਣ ਜਿੱਥੇ ਤੱਕ ਹੈਲਥ ਦਾ ਸਵਾਲ ਹੈ, ਜਦੋਂ ਤੋਂ ਮੈਂ ਪਾਰਲੀਮੈਂਟ 'ਚ ਆਇਆ ਮੈਂ 2-3 ਵਾਰੀ ਮੁੱਦਾ ਚੁੱਕ ਚੁੱਕਾਂ, 0 ਆਵਰ 'ਚ ਵੀ, ਡਿਬੇਟ 'ਚ ਵੀ, ਈਵਨ ਬਜਟ ਦੀ ਡਿਬੇਟ 'ਚ, ਫੋਰ ਕਿ ਜਿੰਨੀ ਅਫੋਰਡੇਬਲ ਹੈਲਥ ਕੇਅਰ ਹੋ ਸਕੇ ਉਹ ਕਰਨੀ ਚਾਹੀਦੀ ਹੈ, ਕਿਉਂਕਿ ਇੱਕ ਗਰੀਬ ਬੰਦੇ ਲਈ ਅੱਜ ਦੀ ਡੇਟ 'ਚ ਇਲਾਜ ਕਰਾਉਣਾ ਬੜਾ ਔਖਾ ਹੈ ਜੀ। ਆਪਾਂ, ਸਾਡੀ ਸਰਕਾਰ ਨੇ ਕਾਫੀ ਪਹਿਲੂ ਕੀਤਾ, ਅਤੇ ਇਹਨਾਂ ਨੇ ਆਮ ਆਦਮੀ ਜਿਹੜੀਆਂ ਮੁਹੱਲਾ ਕਲੀਨਿਕ ਕਹਿ ਲਓ ਜਾਂ ਆਮ ਆਦਮੀ ਕਲੀਨਿਕ ਬਣਾਏ ਪੰਜਾਬ ਵਿੱਚ, ਪਰ ਉਹ ਜਿਹੜੀ ਹੈਲਪ ਕਰਦੇ ਆ ਉਹ ਲੋਕਾਂ ਨੂੰ ਬੜੀ ਕਰਦੇ, ਪਰ ਸ਼ੁਰੂ 'ਚ ਕਰਦੇ ਆ, ਪਰ ਇੱਕ ਵਾਰੀ ਬੰਦਾ ਜਦੋਂ ਐਡਮਿਟ ਹੋ ਜਾਂਦਾ ਉਹਦੇ ਲਈ ਜਦੋਂ ਕ੍ਰਿਟੀਕਲ ਇਲ ਹੁੰਦਾ ਉਹ ਖਰਚਾ ਨਹੀਂ ਬੇਅਰ ਹੁੰਦਾ ਅੱਜ ਕੱਲ੍ਹ ਦੇ ਇਲਾਜ ਕਰਕੇ। ਠੀਕ ਹੈ ਜੀ। ਤੋ ਮੈਂ ਫਿਰ ਅੱਜ ਤੱਕ ਦੇਖੋ ਜੀ, ਕੋਈ ਮੈਂ 45 ਕੇਸਿਸ PMNRF 'ਚ ਭੇਜੇ, ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ, ਉਹਦੇ ਵਿੱਚੋਂ 35 ਹੋ ਕੇ ਆ ਗਏ, 3 ਲੱਖ ਰੁਪਏ ਤੱਕ, ਮਤਲਬ ਕਿ 1 ਕਰੋੜ ਰੁਪਏ ਤੋਂ ਉੱਪਰ ਮੈਂ ਗਰੀਬ ਪੇਸ਼ੈਂਟਾਂ ਲਈ ਉੱਥੇ ਲੈ ਤਾ। ਇੱਕ ਪੰਜਾਬ ਸਰਕਾਰ 1.5 ਲੱਖ ਰੁਪਇਆ ਕੈਂਸਰ ਪੇਸ਼ੈਂਟ ਨੂੰ ਦਿੰਦੀ, ਹਰ ਗਰੀਬ ਕੈਂਸਰ ਪੇਸ਼ੈਂਟ ਨੂੰ, ਉਹਦੇ ਵਿੱਚ ਵੀ ਮੈਂ ਕੀ ਨਾਮ 100 ਪੇਸ਼ੈਂਟ ਤੱਕ ਆਪਣੀ ਚੈਰੀਟੇਬਲ ਟਰੱਸਟ ਵੱਲੋਂ 1.5 ਲੱਖ ਮੈਚ ਕਰਤਾ, ਮਤਲਬ 1.5 ਲੱਖ ਸਰਕਾਰ ਨੇ ਦੇਣਾ, ਹਰ ਸਾਲ 100 ਪੇਸ਼ੈਂਟ ਤੱਕ 1.5 ਲੱਖ ਸਾਡੀ ਚੈਰੀਟੇਬਲ ਟਰੱਸਟ ਦਊਗੀ। ਪਲੱਸ ਜੇ ਕੋਈ ਗਰੀਬ ਪੇਸ਼ੈਂਟ ਆਉਂਦਾ ਮੈਂ ਕਰਦਾ ਹੀ ਰਹਿੰਦਾ, ਕੋਈ ਜਿੰਨਾ ਮੈਂ ਕਰ ਸਕਦਾ ਮੈਂ ਕਰਦਾ ਰਹਿੰਦਾ। ਪਲੱਸ ਹੁਣ 3 ਸਿਵਲ ਹੋਸਪਿਟਲ ਦੀ ਜ਼ਿੰਮੇਵਾਰੀ ਮੈਂ ਚੁੱਕੀ ਹੈ, ਇੱਕ ਲੁਧਿਆਣਾ, ਜਲੰਧਰ ਅਤੇ ਸੰਗਰੂਰ, ਇਹ 3 ਸਿਵਲ ਹੋਸਪਿਟਲ ਅਪਗ੍ਰੇਡ ਹੋ ਰਹੇ ਆ, ਔਰ ਇਹ ਬਿਲਕੁਲ
ਪ੍ਰਾਈਵੇਟ ਹਸਪੀਟਲ ਵਰਗੇ ਹੋ ਜਾਣਗੇ। ਦੇਖੋ ਸਿਵਲ ਹਸਪੀਟਲ ਦਾ ਬੈਨੀਫਿਟ ਕੀ ਹੁੰਦਾ, ਤੁਸੀਂ ਇੱਕ ਗਰੀਬ ਪੇਸ਼ੈਂਟ ਦੀ ਹੈਲਪ ਕਰਦੇ ਹੋ, ਤੁਹਾਨੂੰ ਕਿੰਨਾ ਲੱਗਦਾ ਜੀ ਮੈਂ ਇਹਦੀ ਜਾਨ ਬਚ ਗਈ, ਮੈਂ ਕੀਤਾ ਕੰਮ। ਸਿਵਲ ਹਸਪੀਟਲ 'ਚ ਆਉਣਾ ਹੀ ਵਿਚਾਰੇ ਗਰੀਬਾਂ ਨੇ, ਜਿਨ੍ਹਾਂ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ, DMC 'ਚ ਨਹੀਂ ਜਾ ਸਕਦੇ, CMC 'ਚ ਨਹੀਂ ਜਾ ਸਕਦੇ, ਜਾਂ ਜਿਨ੍ਹਾਂ ਕੋਲ ਟਰੈਵਲ ਜੋਗੇ ਪੈਸੇ ਨਹੀਂ, PGI 'ਚ ਨਹੀਂ ਜਾ ਸਕਦੇ, ਏਮਸ ਨਹੀਂ, ਸਿਵਲ ਹਸਪੀਟਲਾਂ 'ਚ ਉਹ ਬੰਦੇ ਆਉਂਦੇ। ਸੋ ਅਸੀਂ ਸਿਵਲ ਹਸਪੀਟਲ ਉਹੋ ਜਿਹਾ ਬਣਾ ਰਹੇ ਹਾਂ ਕਿ ਹਰ ਬੰਦਾ ਉੱਥੇ ਜਿਹੜਾ ਆਵੇ ਉਹਦਾ ਚੰਗਾ ਇਲਾਜ ਹੋਵੇ। ਇੱਕ ਤਾਂ ਸਿਵਲ ਵੱਲੋਂ ਅਸੀਂ ਉਹਨਾਂ ਦੀ ਪੂਰੇ ਸਰਵੇ ਕਰਕੇ ਅਪਗ੍ਰੇਡ ਕਰ ਰਹੇ ਹਾਂ ਵੀ ਬਿਲਡਿੰਗਾਂ ਠੀਕ ਹੋਣ, ਬਾਥਰੂਮ ਇਹ ਉਹ ਸਾਰਾ ਉੱਪਰੋਂ ਠੀਕ ਹੋਵੇ। ਇੱਕ ਮੈਡੀਕਲ ਸਾਈਡ 'ਤੇ ਵੀ ਜਿੰਨੇ ਇਕਵਿਪਮੈਂਟ ਦੀ ਥੋੜ੍ਹਾ ਹੈ ਉਹ ਇਕਵਿਪਮੈਂਟ ਪੂਰਾ ਕਰ ਰਹੇ ਹਾਂ। ਲੁਧਿਆਣੇ ਦਾ ਕੰਮ ਚਾਲੂ ਹੋ ਗਿਆ, ਸੰਗਰੂਰ ਦਾ ਬੜੀ ਜਲਦੀ ਹੋ ਜਾਏਗਾ, ਉਸ ਤੋਂ ਬਾਅਦ ਜਲੰਧਰ ਦੀ ਵਾਰ ਜੀ। ਇਹ ਸਭ ਦੇ ਬਾਵਜੂਦ ਅਰੋੜਾ ਸਾਹਿਬ ਓਪੋਜੀਸ਼ਨ ਲਗਾਤਾਰ ਸਵਾਲ ਕਰਦੀ ਹੈ, ਕਹਿੰਦੇ ਕਿ ਪੁਰਾਣੀਆਂ ਚੀਜ਼ਾਂ ਨੂੰ ਸੁਰਖੀ ਬਿੰਦੀ ਲਾ ਕੇ ਅਤੇ ਪੰਜਾਬ ਦੀ ਸਰਕਾਰ ਨੇ ਬਹੁਤੀਆਂ ਚੀਜ਼ਾਂ ਨੂੰ ਨਿਖਾਰ ਦਿੱਤਾ, ਜਦਕਿ ਕਹਿੰਦੇ ਸੂਬੇ 'ਚ ਨਵੀਂ ਇੱਟ ਇੱਕ ਵੀ ਨਹੀਂ ਲੱਗੀ ਹੈ, ਤੁਸੀਂ ਓਪੋਜੀਸ਼ਨ ਦੇ ਇਸ ਬਿਆਨ ਨੂੰ ਕਿਵੇਂ ਵੇਣੇ ਹੋ? ਚਲੋ ਸੁਰਖੀਆਂ ਬਿੰਦੀਆਂ ਵੀ ਲਗਾਉਣੀਆਂ ਜ਼ਰੂਰੀ ਹੁੰਦੀਆਂ। ਮੈਂ ਤਾਂ ਜਿੰਨਾ ਤੁਹਾਨੂੰ ਕੰਮ ਹਲੇ ਤੱਕ ਕਿਹਾ, ਮੈਂ ਤਾਂ ਇੱਕ ਵੀ ਨਹੀਂ ਕਿਹਾ ਕਿ ਮੈਂ ਕਿਹਾ ਤਾਂ ਉਹ ਐਲੀਵੇਟਿਡ ਰੋਡ ਚਾਲੂ ਹੋ ਗਈ, ਮੈਂ ਤੁਹਾਨੂੰ ਇਹੀ ਕਿਹਾ। ਹਰਵਾਰਾ ਏਅਰਪੋਰਟ ਵੀ ਮੈਂ ਕਿਹਾ ਪਿਛਲੇ 10 ਸਾਲ ਤੋਂ ਬੰਦ ਸੀ, ਜਿਹੜਾ ਕੀ ਨਾਮ ਐਲੀਵੇਟਿਡ ਰੋਡ ਵੀ ਸਲੋ ਕੰਮ ਚੱਲ ਰਿਹਾ ਸੀ। ਮਤਲਬ ਕੰਮ ਖਤਮ ਕਰਨੇ ਵੀ ਤਾਂ ਜ਼ਰੂਰੀ ਹੁੰਦੇ ਨਾ। ਮੈਂ ਕਹਿੰਦਾ ਕਿਸੇ ਦੇਖੋ ਗਵਰਨਮੈਂਟ ਤਾਂ ਇੱਕ ਰੈਗੂਲਰ ਚੀਜ਼ ਹੈ ਜਿਹੜੀ ਚੱਲੀ ਜਾਂਦੀ, ਇੱਕ ਸਰਕਾਰ ਜਾਂਦੀ ਦੂਜੀ ਆਉਂਦੀ ਹੈ। ਆਪਾਂ ਪੋਲੀਟਿਕਸ 'ਚ ਨਾ ਪਈਏ ਕਿ ਪਿਛਲੀ ਸਰਕਾਰ ਨੇ ਕੁਛ ਨਹੀਂ ਕੀਤਾ, ਅਸੀਂ ਸਾਰਾ ਕੁਛ ਕੀਤਾ। ਬਟ ਤੁਸੀਂ ਮੈਨੂੰ ਪੁੱਛਿਆ ਜੋ ਕੁਛ ਮੈਂ ਕੀਤਾ, ਜੋ ਮੈਂ ਜਾ ਕੇ ਰਿਕੁਐਸਟ ਕੀਤੀ, ਮੇਰੇ ਰਿਕੁਐਸਟ 'ਤੇ ਮੰਨੀ ਗਈ, ਮੈਂ ਤੁਹਾਨੂੰ ਉਹ ਕਹਿ ਰਿਹਾ। ਪਲੱਸ ਜਿਹੜੇ ਪਿਛਲੇ ਕੰਮ ਸੀ ਉਹ ਸੀ ਜਲਦੀ ਤੋਂ ਜਲਦੀ, ਇਨਕੰਪਲੀਟ ਕੰਮ ਹੈ, ਉਹ ਖਤਮ ਕਰਨੇ ਵੀ ਤਾਂ ਜ਼ਰੂਰੀ ਹੈ ਨਾ। ਉਹ ਵੀ ਇੱਕ ਸਰਕਾਰ ਦਾ ਕੰਮ ਹੈ, ਉਹ ਵੀ ਬੜਾ ਜ਼ਰੂਰੀ ਹੁੰਦਾ। ਤੁਹਾਡੇ ਅਪਕਮਿੰਗ ਟੀਚੇ ਕੀ ਹੈ ਅਰੋੜਾ ਸਾਹਿਬ? ਕੀ ਲੱਗਦਾ ਰਹਿੰਦੇ ਸਾਲਾਂ ਦੇ ਵਿੱਚ ਤੁਹਾਡਾ ਜਿਹੜਾ ਕਹਿ ਲਓ ਕਿ ਆਪਾਂ ਕਹਿ ਲਈਏ ਵੀ ਰੋਡ ਮੈਪ ਕੀ ਹੈਗਾ, ਤੁਹਾਡਾ ਕੀ ਹੋਮਵਰਕ ਹੈ, ਕੀ ਤੁਹਾਡੀ R&D ਹੈਗੀ ਹੈ ਕਿ ਆਹ ਚੀਜ਼ਾਂ ਮੈਂ ਹੁਣ ਰਹਿੰਦੇ ਸਮੇਂ 'ਚ ਇੰਪਲੀਮੈਂਟ ਕਰਵਾਉਣੀਆਂ ਨੇ? ਮੇਰਾ ਜੀ ਇੱਕੋ ਹੀ ਹੈ ਕਿ ਲੁਧਿਆਣੇ ਨੂੰ ਵਧੀਆ ਤੋਂ ਵਧੀਆ ਬਣਾ ਦਈਏ। ਹੁਣ ਫੋਕਲ ਪੁਆਇੰਟ ਜਿਹੜਾ ਹੈਗਾ ਕਿੰਨੇ ਸਾਲਾਂ ਦੀਆਂ, ਸਾਰੇ ਇੰਡਸਟਰੀਅਲਿਸਟ ਕਹਿੰਦੇ ਸੜਕਾਂ ਨਹੀਂ ਬਣ ਰਹੀਆਂ, ਹੁਣ ਸਾਰੇ ਫੋਕਲ ਪੁਆਇੰਟ ਦੀਆਂ ਸੜਕਾਂ ਬਣ ਰਹੀਆਂ ਟੋਟਲ, ਮਤਲਬ ਜਿੱਥੇ ਇੰਡਸਟਰੀ ਹੈ। ਪਲੱਸ ਜਿੰਨੀ ਸਹੂਲਤ ਇੰਡਸਟਰੀ ਨੂੰ ਮਿਲ ਸਕੇ, ਜਿਹੜੇ ਤਰੀਕੇ ਦੀ ਮਿਲ ਸਕੇ, ਇਨਫਰਾਸਟ੍ਰਕਚਰ ਬੈਟਰ ਹੋਵੇ, ਔਰ ਹੈਲਥ 'ਤੇ ਔਰ ਐਜੂਕੇਸ਼ਨ 'ਤੇ ਜਿੰਨਾ ਕੰਮ ਹੋ ਸਕੇ, ਮੇਰਾ ਇਹੀ ਰੋਲ ਹੈ ਮੈਂ ਕਰ ਸਕਾਂ। ਸਰਕਾਰ ਤਾਂ ਕਰਦੀ ਕਰਦੀ ਹੈ, ਬਟ ਆਪਣੇ ਵੱਲੋਂ ਮੈਂ ਜੋ ਕਰ ਸਕਦਾ ਆਪਣੇ ਇੰਡਸਟਰੀਅਲਿਸਟ ਭਰਾਵਾਂ ਨੂੰ ਕਹਿ ਕੇ, ਕੁਛ CSR ਲੈ ਕੇ, ਕੁਛ ਆਪਣਾ CSR ਜਿੰਨਾ ਕੁ ਮੈਂ ਕਰ ਸਕਦਾ ਮੈਂ ਕਰਦਾ, ਆਪਣੇ MPLED ਫੰਡ ਮੈਂ ਕਰਦਾ। ਪਹਿਲੇ 2 ਸਾਲ ਦੇ ਜਿੰਨੇ ਮੈਨੂੰ MPLED ਫੰਡ ਮਿਲੇ ਸੀ ਮੈਂ ਸਾਰੇ ਐਜੂਕੇਸ਼ਨ ਅਤੇ ਹੈਲਥ 'ਤੇ ਹੀ ਲਗਾਏ। ਕੇਂਦਰ ਦੀ ਸਪੋਰਟ ਨੂੰ ਤੁਸੀਂ ਅਰੋੜਾ ਸਾਹਿਬ ਕਿਵੇਂ ਮਿਣੇ ਹੋ, ਕਿਉਂਕਿ ਸੂਬਾ ਸਰਕਾਰ ਦਾ ਇੱਕ ਬਹੁਤ ਵੱਡਾ ਐਲੀਗੇਸ਼ਨ ਸਰਕਾਰ 'ਤੇ ਹੈ ਕੇਂਦਰ ਦੀ 'ਤੇ ਵੀ RDF ਰੋਕੀ ਬੈਠੇ ਆ, ਸਾਡੇ ਪੈਸੇ ਰੋਕ ਲੈਂਦੇ ਆ, ਹੈਲਥ ਦਾ ਪੈਸਾ ਵੀ ਰੋਕ ਲਿਆ ਗਿਆ ਕਿ ਇਸ ਕਰਕੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਨਹੀਂ ਕਰਨ ਦਿੱਤੀ ਜਾ ਰਹੀ, ਤੁਸੀਂ ਕੇਂਦਰ ਦੇ ਸੂਬੇ ਦੇ ਵਿੱਚ ਵਿਘਨ ਨੂੰ ਕਿਵੇਂ ਮੰਨੇ ਹੋ? ਸੋਢੀ ਸਾਹਿਬ ਪਤਾ ਨਹੀਂ, ਦੇਖੋ ਉਹ ਗਵਰਨਮੈਂਟ ਲੈਵਲ 'ਤੇ ਕੁਛ ਰੁਕਦਾ ਹੋਵੇ ਪਤਾ ਨਹੀਂ, ਬਟ ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਰਿਹਾ, ਮੈਂ ਤਾਂ ਕਿਸੇ ਵੀ ਮਿਨਿਸਟਰ ਸਾਹਿਬ ਕੋਲ ਗਿਆ, ਕੁਛ ਗਿਆ, ਮੇਰੇ ਮੋਰ ਔਰ ਲੈਸ ਸਾਰੇ ਕੰਮ ਹੋ ਗਏ। ਮੇਰੇ ਕੋਈ ਇਸ ਕਰਕੇ ਨਹੀਂ ਰੁਕੇ ਕਿ ਮੈਂ ਪੰਜਾਬ ਤੋਂ ਆਇਆ, ਜੋ ਵੀ ਮੈਂ ਰਿਕੁਐਸਟ ਕੀਤੀ। ਹੁਣ ਪਿੱਛੇ ਮੈਂ ਭੁਪਿੰਦਰ ਯਾਦਵ ਜੀ ਨੂੰ 2 ਵਾਰੀ ਮਿਲਿਆ ESI ਹੋਸਪਿਟਲ ਲੁਧਿਆਣੇ ਕਰਕੇ, ਉਹ 1970 ਦਾ ਹੋਸਪਿਟਲ ਬਣਿਆ ਹੋਇਆ, 9 ਕਰੋੜ ਰੁਪਇਆ ਉਹਨਾਂ ਨੇ ਸੈਂਕਸ਼ਨ ਕਰਤਾ ਉਹਦੀ ਅਪਗ੍ਰੇਡੇਸ਼ਨ ਲਈ, ਔਰ ਉਹ ਕੰਮ ਵੀ ਚਾਲੂ ਹੋ ਰਿਹਾ। ਪਲੱਸ ਉਹ 300 ਤੋਂ 500 ਬੈਡਡ ਦੀ ਉਹਦੀ ਪਲੈਨਿੰਗ ਚੱਲ ਰਹੀ ਹੈ, ਉਹ ਵੀ ਉਹਨਾਂ ਨੇ ਵਿਜ਼ਿਟ ਕਰਾਤਾ।
ਮਤਲਬ ਜਾਂ ਮੈਨੂੰ ਪਤਾ ਨਹੀਂ ਲੱਗਦਾ ਵੀ ਜਿਹੜੇ ਕੰਮ ਹੋ ਜਾਂਦੇ ਮੈਂ ਆਲਵੇਜ਼ ਪੋਜ਼ਿਟਿਵ ਸੋਚਦਾ ਵੀ ਚੰਗੇ ਹੋ ਗਏ, ਜੇ ਇੱਕ ਅੱਧਾ ਨਹੀਂ ਹੋਇਆ ਉਹ ਜਾਂ ਉਹਨਾਂ ਦੀ ਮਜਬੂਰੀ ਹੋਣੀ ਜਾਂ ਇਹ ਰੀਜ਼ਨ ਹੋਣਾ, ਪਰ ਮੈਂ ਕਦੀ ਨੈਗੇਟਿਵ ਸਾਈਡ ਵੱਲ ਦੇਖਿਆ ਨਹੀਂ ਔਰ ਮੈਨੂੰ ਕੋਈ ਇਹ ਪ੍ਰੋਬਲਮ ਨਹੀਂ ਆਈ। ਮੈਂ ਜਦੋਂ ਵੀ ਟਾਈਮ ਮੰਗਿਆ ਕਿਸੇ ਕੋਲ ਮੈਨੂੰ ਟਾਈਮ ਮਿਲਿਆ, ਜਦੋਂ ਵੀ ਮੈਂ ਕੋਈ ਰੀਪ੍ਰਜੈਂਟੇਸ਼ਨ ਲੈ ਕੇ ਗਿਆ ਉਹਦੀ ਪੂਰੀ ਸੁਣਵਾਈ ਹੋਈ। ਤੇ ਐਜ਼ ਫਾਰ ਐਜ਼ ਮਾਈ ਪਰਸਨਲ ਐਕਸਪੀਰੀਅੰਸ ਇਜ਼ ਕੰਸਰਨਡ, ਮੈਂ ਕੁਛ ਨਹੀਂ ਇਹ ਨਹੀਂ ਕਹੂੰਗਾ ਕਿ ਬਹੁਤੀ ਪੋਲੀਟਿਕਸ ਇਨਵੋਲਵ ਹੁੰਦੀ ਹੈ ਇਹਦੇ ਵਿੱਚ। ਹੁਣ ਗੌਰਮੈਂਟ ਲੈਵਲ ਤੇ ਉਹਨਾਂ ਨੇ 1000 ਕਰੋੜ ਕੋਈ ਲੈਣਾ ਹੈ, ਨਹੀਂ ਮਿਲਦਾ ਜਾਂ ਕੋਈ ਰੀਜ਼ਨ ਹੈ, ਕੋਈ ਟੈਕਨੀਕਲ ਰੀਜ਼ਨ ਹੈ, ਉਹਦੇ ਬਾਰੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਉਹ ਜਾਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਪਤਾ ਹੋਏਗਾ ਜਾਂ ਸਰਕਾਰ 'ਚ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਪਤਾ ਹੋਏਗਾ। ਇੱਕ ਆਖਰੀ ਸਵਾਲ ਮੇਰਾ ਅਰੋੜਾ ਸਾਹਿਬ, ਰਾਜ ਸਭਾ ਮੈਂਬਰਾਂ ਨੂੰ ਬੜਾ ਪਿਛਲੇ ਸਮੇਂ ਦੌਰਾਨ ਕੁਝ ਖਬਰਾਂ ਨੇ ਸ਼ਿਕੰਜੇ 'ਚ ਲਿਆ, ਕਹਿੰਦੇ ਵੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਅਰੈਸਟ ਹੋ ਗਈ ਅਤੇ ਰਾਜ ਸਭਾ ਦੇ ਮੈਂਬਰ ਬੋਲੇ ਨਹੀਂ, ਤੁਹਾਡਾ ਵੀ ਨਾਮ ਸ਼ੁਮਾਰ ਕੀਤਾ ਗਿਆ, ਕਹਿੰਦੇ ਜੀ ਬਿਲਕੁਲ ਚੁੱਪੀ ਧਾਰ ਕੇ ਰੱਖੀ ਹੈ ਰਾਜ ਸਭਾ ਦੇ ਮੈਂਬਰਾਂ ਨੇ ਅਤੇ ਮੂਕ ਦਰਸ਼ਕ ਬਣ ਕੇ ਵੇਂਹਦੇ ਰਹੇ ਆ, ਤੁਹਾਡਾ ਕੀ ਪ੍ਰਤੀਕਰਮ ਹੈ ਇਹਦੇ 'ਤੇ? ਸੋਢੀ ਸਾਹਿਬ, ਜਿਹੜੇ ਤਰੀਕ ਜਿਸ ਦਿਨ ਉਹਨਾਂ ਦੀ ਅਰੈਸਟ ਹੋਈ ਆ ਉਸੇ ਦਿਨ ਹੀ ਅਗਲੇ ਦਿਨ ਮੇਰਾ ਟਵੀਟ ਹੈਗਾ, ਤੇ ਜਿਹੜਾ ਵੀ ਕੋਈ ਅਖਬਾਰ 'ਚ ਕਿਸੇ ਨੇ ਲਿਖਿਆ ਜਾਂ ਤਾਂ ਉਹਨਾਂ ਨੇ ਮੇਰਾ ਟਵੀਟ ਨਹੀਂ ਪੜ੍ਹਿਆ ਜਾਂ ਕੁਛ ਨਹੀਂ ਹੈ, ਮੈਂ ਤੁਹਾਨੂੰ ਉਹਦੀ ਟਵੀਟ ਦੀ ਕਾਪੀ ਵੀ ਭੇਜ ਦੂੰਗਾ। ਔਰ ਫਿਰ ਮੈਂ 2 ਦਿਨਾਂ ਬਾਅਦ ਮਿਸਿਸ ਸੁਨੀਤਾ ਕੇਜਰੀਵਾਲ ਮੈਡਮ ਨੂੰ ਵੀ ਮਿਲ ਕੇ ਆਇਆ, ਮੈਂ ਉਹਨਾਂ ਨਾਲ ਵੀ ਉਹਨਾਂ ਨੂੰ ਵੀ ਹੌਸਲਾ ਦੇ ਕੇ ਆਇਆ, ਔਰ ਅਸੀਂ ਹਮੇਸ਼ਾ ਜੋ ਪਾਰਟੀ ਦੇ ਨਾਲ ਆ ਔਰ ਜੋ ਪਾਰਟੀ ਦਾ ਹੁਕਮ ਹੁੰਦਾ ਉਹ ਅਸੀਂ ਮੰਨੀਦਾ। ਇਸ ਘਟਨਾਕ੍ਰਮ ਤੇ ਤੁਹਾਡੀ ਕੀ ਟਿੱਪਣੀ ਆ ਅਰੋੜਾ ਸਾਹਿਬ, ਜੋ ਹੋਇਆ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ? ਦੇਖੋ ਹੁਣ ਇਸ ਵੇਲੇ ਕੇਸ ਕੋਰਟ 'ਚ ਚੱਲ ਰਿਹਾ, ਮੈਂ ਕੁਛ ਕਹਿਣਾ ਨਹੀਂ ਚਾਹੂੰਗਾ, ਪਰ ਜੁਡੀਸ਼ਰੀ ਵਿੱਚ ਵਿਸ਼ਵਾਸ ਹੈ ਪਾਰਟੀ ਨੂੰ ਵੀ ਸਾਰਿਆਂ ਨੂੰ, ਸੋ ਦੇਖੋ ਕੀ ਫੈਸਲੇ ਹੁੰਦੇ। ਬਹੁਤ ਬਹੁਤ ਧੰਨਵਾਦ ਸੰਜੀਵ ਜੀ ਜਗਬਾਣੀ ਦੇ ਨਾਲ ਗੱਲਬਾਤ ਕਰਨ ਦੇ ਲਈ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਜੀ, ਥੈਂਕ ਯੂ ਸੋਢੀ ਸਾਹਿਬ।